आम आदमी पार्टी दे मुखी अते दिल्ली दे मुख मंत्री अरविंद केजरीवाल ते भ्रिष्टाचार दे दोष लगे ने। ए दोष उना दी ही पार्टी दे आगू अते मंत्री अहुदे तो हटाए गए कपिल मिश्रा ने लगाए ने। इस तो बाद पंजाब आम आदमी पार्टी दे साबका कन्वीनर सुच्चा सिंह छोटेपू ने कहा कि केजरीवाल नू नैतिक आधार ते अस्तीफा दे देना चाहिए। ਹੁਣ ਦੇਸ਼ ਵਾਸੀਆਂ ਕੋਲ ਮਾਫੀ ਮੰਗ ਕੇ ਤੈਨੂੰ ਚੁੱਪ ਕਰਕੇ ਅਸਤੀਫਾ ਦੇ ਦੇਣਾ ਚਾਹੀਦਾ। ਇਸ ਬੰਦੇ ਨੇ ਇੰਨੀ ਗੱਲ ਕਹੀ ਹੈ ਕਿ ਇਹਨੇ 2 ਕਰੋੜ ਰੁਪਇਆ ਮੇਰੀ ਮੌਜੂਦਗੀ ਵਿੱਚ ਲਿਆ ਅਤੇ ਹੁਣ ਇਹ ਕਹਿਣ ਡਿਆ ਜੀ ਇਹ ਤਾਂ ਹਾਸੋ ਨਹੀਂ ਗੱਲ ਆ ਜੀ, ਕੇਜਰੀਵਾਲ ਤਾਂ ਬੜਾ ਇਮਾਨਦਾਰ ਬੰਦਾ ਜੀ। ਇਸੇ ਕਰਕੇ ਤਾਂ ਉਹਦਾ ਸੱਤਿਆਨਾਸ਼ ਹੋਇਆ ਵਾ ਕਿਉਂਕਿ ਉਹ ਕਹਿੰਦਾ ਸੀ ਵੀ ਦੇਸ਼ ਦੇ ਵਿੱਚ ਇਮਾਨਦਾਰ ਬੰਦਾ ਮੈਂ ਹੀ ਗੱਲਾਂ ਵਾਂ। ਹੁਣ ਦੇਸ਼ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਇੰਨੇ ਬੰਦੇ ਝੂਠ ਬੋਲਦੇ ਕਿ ਝੂਠ ਬੋਲਦਾ। ਅਗਲਾ LG ਦੇ ਕੋਲ ਵੀ ਜਾ ਕੇ ਆਇਆ, ਵਿਜੀਲੈਂਸ ਵਾਲਿਆਂ ਕੋਲ ਵੀ ਜਾ ਕੇ ਆਇਆ, ACB ਕੋਲ ਵੀ ਜਾ ਕੇ ਆਇਆ ਔਰ ਇਨ ਰਾਈਟਿੰਗ ਦੇ ਕੇ ਆਇਆ। ਅਤੇ ਮੈਂ ਸਮਝਦਾ ਕਿ ਹੁਣ ਦੇਸ਼ ਦਾ ਇਹਨੇ ਬਹੁਤ ਵੱਡਾ ਨੁਕਸਾਨ ਕੀਤਾ ਵਾ। ਦੇਸ਼ ਦੇ ਲੋਕਾਂ ਨੇ ਤਨ ਮਨ ਧਨ ਸਭ ਕੁਝ ਇਸ ਪਾਰਟੀ ਵਾਸਤੇ ਲਾ ਦਿੱਤਾ ਸੀ ਕਿ ਇੱਕ ਤੀਜਾ ਬਦਲ ਲੋਕਾਂ ਨੂੰ ਚਾਹੀਦਾ ਸੀਗਾ। ਲੋਕ ਦੂਜੀਆਂ ਪਾਰਟੀਆਂ ਤੋਂ ਤੰਗ ਸੀ, ਇਹਨੇ ਲੋਕਾਂ ਦਾ ਵਿਸ਼ਵਾਸਘਾਤ ਕੀਤਾ। ਜੋ ਕਹਿੰਦਾ ਸੀ ਉਹ ਪੂਰਾ ਨਹੀਂ ਉਤਰਿਆ, ਕਹਿਣੀ ਅਤੇ ਕਥਨੀ ਦਾ ਪੂਰਾ ਨਹੀਂ, ਕਿਉਂਕਿ ਇਹ ਗੱਲ ਅੰਨਾ ਹਜ਼ਾਰੇ ਨੇ ਵੀ ਕਿਹਾ ਵੀ ਕਹਿੰਦਾ ਇਹ ਕੁਛ ਆ ਤਾਂ ਕਰਦਾ ਕੁਛ ਆ। ਮੈਂ ਸਮਝਦਾ ਕਿ ਹੁਣ ਬਹੁਤ ਕੁਝ ਹੋ ਗਿਆ, ਹੁਣ ਇਹਨੂੰ ਦੇਸ਼ ਵਾਸੀਆਂ ਕੋਲੋਂ ਮਾਫ਼ੀ ਮੰਗ ਕੇ ਅਤੇ ਫੌਰਨ ਅਸਤੀਫਾ ਦੇ ਦੇਣਾ ਚਾਹੀਦਾ।